ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਸੈਨੋਜ਼ੇ ਤੋਂ ਇੱਕ ਲੇਟੈਸਟ ਖਬਰ ਆ ਰਹੀ ਆ ਕਿ ਸੈਨੋਜ਼ੇ ਏਰੀਏ ਦੇ ਵਿੱਚ ਇੱਕ ਬੰਦਾ ਆ, ਉਹ ਚਾਕੂ ਲੈ ਕੇ ਵੱਖ-ਵੱਖ ਜਗ੍ਹਾ ਦੇ ਉੱਤੇ ਲੋਕਾਂ ਦੇ ਚਾਕੂ ਮਾਰ ਰਿਹਾ ਹੈ। ਦੋ ਲੋਕੇਸ਼ਨਸ ਆਲਰੇਡੀ ਕਨਫਰਮ ਹੋ ਚੁੱਕੀਆਂ ਤੇ ਮੋਰ ਦੈਨ ਦੋ ਜਗ੍ਹਾ ਤੇ, ਦੋ ਤੋਂ ਜ਼ਿਆਦਾ ਜਗ੍ਹਾ ਦੇ ਉੱਤੇ ਉਸਨੇ ਲੋਕਾਂ ਦੇ ਨੈਕ ਦੇ ਵਿੱਚ, ਗਰਦਨ 'ਚ ਚਾਕੂ ਮਾਰਿਆ। ਇੱਕ ਜਗ੍ਹਾ ਚਾਕੂ ਮਾਰ ਕੇ ਉਹ ਉਹਨਾਂ ਦੀ ਕਾਰ ਵੀ ਹਾਈਜੈਕ ਕਰਕੇ ਲੈ ਗਿਆ। ਸੋ ਪਹਿਲੀ ਜੋ ਲੋਕੇਸ਼ਨ ਆ ਜਿੱਥੇ ਉਸਨੇ ਚਾਕੂ ਮਾਰਿਆ, ਕੂਸਟਰ ਰੋਡ ਤੇ ਡੈਲਵੁੱਡ ਵੇ ਆ, ਜਿੱਥੇ ਸਟੈਬਿੰਗ ਕੀਤੀ ਆ। ਲਾਈਫ ਥ੍ਰੈਟਨਿੰਗ ਇੰਜਰੀਜ਼ ਉਸ ਪਰਸਨ ਨੂੰ ਆਈਆਂ ਹੈਗੀਆਂ ਆ। ਜਦੋਂ ਲੋਕ ਉੱਥੇ, ਜੋ ਪੁਲਿਸ ਆਫੀਸਰਸ ਆ, ਸੈਕੰਡ ਲੋਕੇਸ਼ਨ ਦੇ ਉੱਤੇ ਜੋ ਸਟੈਬਿੰਗ ਹੋਈ ਆ, 1800 ਬਲੋਕ ਆਫ ਹਿਲਸਡੇਲ ਐਵਨਿਊ, ਉੱਥੇ ਪਹੁੰਚੇ ਤੇ ਉਸ ਨੂੰ ਸਟੈਬ ਕਰਕੇ ਉਹਦੀ ਜਿਹੜੀ ਆ ਕਾਰਜੈਕ ਹੋਈ ਹੈਗੀ ਆ। ਇਸ ਵਿਕਟਿਮ ਨੂੰ ਵੀ ਲਾਈਫ ਥ੍ਰੈਟਨਿੰਗ ਇੰਜਰੀਜ਼ ਆਈਆਂ ਹੈਗੀਆਂ। ਤੇ ਇਸ ਤੋਂ ਬਿਨਾਂ ਇਸਨੇ ਇੱਕ ਪੈਡੈਸਟਰੀਅਨ ਨੂੰ ਵੀ ਹਿੱਟ ਕੀਤਾ ਜੋ ਉੱਥੋਂ ਭੱਜ ਰਿਹਾ ਸੀ, ਜੋ ਤੁਰ ਕੇ ਬੰਦਾ ਜਾ ਰਿਹਾ ਸੀ। ਸੋ ਇਹ ਕੇਸ ਨੂੰ ਐਕਟਿਵਲੀ ਪੁਲਿਸ ਵਾਲੇ ਇਨਵੈਸਟੀਗੇਟ ਕਰ ਰਹੇ ਆ ਕੁਝ ਕੁ ਘੰਟਿਆਂ ਤੋਂ। ਹਜੇ ਤੱਕ ਜੋ ਇਹ ਬੰਦਾ ਆ, ਇਹ ਫੜਿਆ ਨਹੀਂ ਗਿਆ। ਇੱਕ ਹੋਰ ਸ਼ਾਇਦ ਤੀਜੀ ਲੋਕੇਸ਼ਨ ਮਿਲਬੀਟਸ ਦੀ ਵੀ ਦੱਸੀ ਜਾ ਰਹੀ ਆ। ਸੋ ਸੈਨੋਜ਼ੇ ਪੁਲਿਸ ਡਿਪਾਰਟਮੈਂਟ ਇਹ ਕਹਿ ਰਹੇ ਆ ਵੀ ਜੋ ਦੋ ਸਟੈਬਿੰਗ ਜਿਨ੍ਹਾਂ ਦਾ ਕਨਫਰਮ ਹੋ ਚੁੱਕਾ ਆ, ਉਹਨਾਂ ਨੂੰ ਟਰਾਂਸਪੋਰਟ ਕੀਤਾ ਗਿਆ ਹਸਪੀਟਲ ਦੇ ਵਿੱਚ ਵਿਦ ਲਾਈਫ ਥ੍ਰੈਟਨਿੰਗ ਇੰਜਰੀਜ਼। ਤੋ ਇਸ ਤੋਂ ਬਿਨਾਂ ਜੋ ਪੈਡੈਸਟਰੀਅਨ ਸੀ ਜਿਹਨੂੰ ਹਿੱਟ ਕੀਤਾ, ਉਹਦੇ ਕੋਲ ਨੋਨ ਲਾਈਫ ਥ੍ਰੈਟਨਿੰਗ ਇੰਜਰੀਜ਼ ਸੀਗੀਆਂ। ਸੋ ਇਹ ਡਿਵੈਲਪਿੰਗ ਸਟੋਰੀ ਹੈਗੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਦੇਖ ਰਹੇ ਆ, ਖਾਸ ਕਰਕੇ ਬੇ ਏਰੀਏ ਦੇ ਵਿੱਚ, ਸੈਨੋਜ਼ੇ ਵਾਲੇ ਏਰੀਏ 'ਚ ਬੜੇ ਧਿਆਨ ਦੇ ਨਾਲ ਆਪਣੇ ਆਲਾ ਦੁਆਲਾ ਦੇਖ ਕੇ ਜਾਓ, ਜੇ ਕਿਤੇ ਤੁਰ ਰਹੇ ਆ, ਕਾਰ 'ਚ ਜਾ ਰਹੇ ਆ, ਕਿਉਂਕਿ ਹਜੇ ਤੱਕ ਵੀ ਉਹ ਬੰਦਾ ਫੜਿਆ ਨਹੀਂ ਗਿਆ ਜੋ ਜਿਸਨੇ ਦੋ ਜਗ੍ਹਾ ਲੋਕਾਂ ਦੇ ਉੱਤੇ ਚਾਕੂ ਮਾਰਿਆ। ਇਹ ਆਲਰੇਡੀ ਕਨਫਰਮ ਹੋ ਚੁੱਕਾ। ਤੀਜੀ ਜਿਹੜੀ ਆ ਹਜੇ ਉਹ ਅਪਡੇਟ ਨਹੀਂ ਹੋਈ ਹੈਗੀ। ਜੀ ਕਹਿੰਦੇ ਵੀ ਸਟਾਰਬਕਸ, ਮੈਕਡੋਨਲਡ ਤੇ ਸਪੀਡਵੇ ਐਕਸਪ੍ਰੈਸ ਗੈਸ ਸਟੇਸ਼ਨ ਆ ਜਿੱਥੇ ਪਹਿਲਾ ਥਾਂ ਦੇ ਉੱਤੇ ਇਸਨੇ ਸ਼ੁਰੇਬਾਜੀ ਇਹ ਕੀਤੀ ਆ। ਸੋ ਇਹ ਆਪਾਂ ਹੁਣ 6 ਵਜੇ ਵਾਲੀਆਂ, 5:30 ਤੋਂ 6 ਵਜੇ ਵਾਲੀਆਂ ਦੀ ਖਬਰਾਂ ਦੇ ਵਿੱਚ ਇਹ ਦੱਸ ਰਹੇ ਹਾਂ। ਹੋ ਸਕਦਾ, ਉਮੀਦ ਆ ਵੀ ਕੁਛ ਹੀ ਸਮੇਂ ਦੇ ਵਿੱਚ ਇਸ ਨੂੰ ਦੁਬਾਰਾ ਫੜ ਲਿਆ ਜਾਵੇ ਤਾਂ ਜੋ ਭਾਈ ਇਹ ਕਿਸੇ ਨੂੰ ਹੋਰ ਨੁਕਸਾਨ ਨਾ ਕਰ ਸਕੇ। ਸੋ ਜਿਹੜੇ 911 ਵਾਲਿਆਂ ਨੂੰ ਕਾਫੀ ਕਾਲਸ ਜਿਹੜੀਆਂ ਆ ਉਹ ਜਾ ਰਹੀਆਂ ਆ, ਲੋਕ ਅਜਿਹੇ ਮੌਕਿਆਂ ਦੇ ਉੱਤੇ ਅਕਸਰ ਘਬਰਾ ਜਾਂਦੇ ਆ।